ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਇੰਦਰਜੀਤ ਸਿੰਘ, ਪਿੰਡ ਕਾਲੀਵਾਲਾ, ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹਾਂ ਅਤੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਕੁਛ ਬਣਨਾ ਹੈ, ਇਹ ਆਸ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਇਆ ਹਾਂ। ਮੈਂ ਇੰਦਰਜੀਤ ਸਿੰਘ, ਜਿਸ ਨੇ ਕਿ ਬਹੁਤ ਜ਼ਿਆਦਾ ਇਸ ਕੰਮ ਦੇ ਵਿੱਚ ਮਿਹਨਤ ਲਾਈ ਹੈ, ਜਿਸ ਬੀ ਏ ਕੀਤੀ, ਬੀ ਏ ਵੀ ਸਰ ਮੈਂ ਦੇਖਿਆ ਜਾਵੇ ਤਾਂ 6 ਸਾਲਾਂ ਦੇ ਵਿੱਚ ਕੀਤੀ। ਬਹੁਤ ਜ਼ਿਆਦਾ ਕੰਪੀਟੀਸ਼ਨ ਲੜਿਆ, ਗੇਮਾਂ ਵੀ ਕੀਤੀਆਂ। ਜਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਮੈਂ ਸਾਈਕਲਿਸਟ ਸੀ, ਇੱਕ ਰੇਸਰ ਸੀ, ਰੋਜ਼ਾਨਾ 90 ਕਿਲੋਮੀਟਰ ਸਾਈਕਲਿੰਗ ਕਰਦਾ ਸੀ। ਪਰ ਦੇਖਿਆ ਜਾਵੇ ਉਸ ਵਿੱਚ ਮੇਰਾ ਕੁਛ ਨਹੀਂ ਬਣਿਆ। ਮੈਂ ਨੈਸ਼ਨਲ ਲੈਵਲ ਤੱਕ ਖੇਡ ਕੇ ਆਇਆ ਪਰ ਮੈਨੂੰ ਕਿਤੇ ਵੀ ਜੋਬ ਦੇ ਵਿੱਚ ਚਾਂਸ ਨਹੀਂ ਮਿਲਿਆ। ਮੇਰੇ ਸਰਟੀਫਿਕੇਟ ਪਏ ਨੇ, ਸਭ ਬੇਕਾਰ ਨੇ। ਪਰ ਅੱਜ ਮੈਂ ਜਦੋਂ ਮੇਰਾ ਇੱਕ ਦੋਸਤ ਜਿਸਦਾ ਨਾਂ ਹਰਸ਼ ਹੈ, ਮੇਰੇ ਨਾਲ ਸਟੂਡੈਂਟ ਹੈ, ਉਸਦੀ ਮੰਮਾ ਜੀ ਇੱਕ ਬੇਰੁਜ਼ਗਾਰ ਮਤਲਬ ਕਿ ਅਫਸਰ ਹੈ ਉਹਨਾਂ ਦੇ, ਜਿਨ੍ਹਾਂ ਨੂੰ ਵੀ ਕਚਹਿਰੀ ਦੇ ਵਿੱਚ ਬੈਠਦੇ, ਉਹਨਾਂ ਨੇ ਮੈਨੂੰ ਇਹ ਸਲਾਹ ਦਿੱਤੀ ਕਿ ਇੰਦਰਜੀਤ ਬੇਟਾ ਤੂੰ ਇਸ ਤਰ੍ਹਾਂ ਕਰ ਕਿ ਤੈਨੂੰ ਜੇ ਨੌਕਰੀ ਚਾਹੀਦੀ ਹੈ ਨਾ, ਤੂੰ ਫਿਰ ਸਟੈਨੋ ਨੂੰ ਚੂਜ਼ ਕਰ। ਕਿਉਂਕਿ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ, ਮੇਰਾ ਸਟੈਨੋ ਦੇ ਵਿੱਚ ਆਉਣ ਦਾ ਕੋਈ ਮਨ ਨਹੀਂ ਸੀ। ਪਰ ਜਦੋਂ ਮੈਂ ਹਰ ਪਾਸੇ ਆਪਣੇ ਪੈਰ ਫਸਾਏ ਪਰ ਕਿਤੇ ਗੱਲ ਨਾ ਬਣੀ, ਪਰ ਜਦੋਂ ਮੈਡਮ ਨੇ ਮੈਨੂੰ ਉਸਨੇ ਬੜੇ ਮੋਟੀਵੇਸ਼ਨਲ ਥੋਟ ਦਿੱਤੇ ਕਿ ਇੰਦਰਜੀਤ ਤੂੰ ਮਿਹਨਤੀ ਲੜਕਾ ਹੈ, ਤੂੰ ਇਹ ਕਰ ਸਕਦਾ ਹੈ, ਤਾਂ ਉਹਨਾਂ ਨੇ ਮੈਨੂੰ ਫਰੀਦਕੋਟ ਸੈਂਟਰ ਬਾਰੇ ਦੱਸਿਆ, ਜਿਸ ਵਿੱਚ ਕਿ ਮੈਂ ਅੱਜ ਤੁਹਾਨੂੰ ਇਹ ਆਪਣੇ ਥੋਟ ਦੱਸ ਰਿਹਾ ਹਾਂ। ਤਾਂ ਹਾਂ, ਮੈਂ ਤੁਹਾਡੇ ਨਾਲ ਅੱਜ ਇਹ ਵਿਚਾਰ ਸਾਂਝੇ ਕਰਾਂ ਕਿ ਮੈਨੂੰ ਸਟੈਨੋ ਕਰਦੇ ਨੂੰ ਅੱਜ 6 ਮਹੀਨੇ ਹੋ ਗਏ ਆ, ਅਤੇ ਮੈਂ ਇਸ ਮਹਿਕਮੇ ਵਿੱਚ ਇਸ ਕਰਕੇ ਪੜ੍ਹਾਈ ਕਰ ਰਿਹਾ ਹਾਂ ਕਿਉਂਕਿ ਮੈਨੂੰ ਜਿੰਨੇ ਵੀ ਆਪਾਂ ਮਹਿਕਮੇ ਦੇ ਵਿੱਚ ਕੋਈ ਵੀ ਆਪਾਂ ਤਿਆਰੀ ਕਰਦੇ ਹਾਂ, ਕੋਈ ਵੀ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰਦੇ ਹਾਂ, ਤਾਂ ਉਸ ਵਿੱਚ ਕਿਤੇ ਨਾ ਕਿਤੇ ਸਿਫਾਰਿਸ਼ ਦੀ ਲੋੜ ਜਾਂ ਪੈਸੇ ਦੀ ਲੋੜ ਪੈਂਦੀ ਹੈ। ਪਰ ਇੱਕ ਸਟੈਨੋ ਜੋ ਸ਼ੋਰਟ ਹੈਂਡ ਇੱਕ ਅਜਿਹਾ ਵਿਸ਼ਾ ਹੈ ਜਿਸ ਵਿੱਚ ਅਸੀਂ ਸਿਰਫ ਆਪਣੀ ਮਿਹਨਤ ਕਰਨੀ ਹੈ, ਤਾਂ ਮਿਹਨਤ ਦੇ ਬੇਸ 'ਤੇ ਭਾਵੇਂ ਸਾਲ ਲੱਗ ਜਾਵੇ, 6 ਮਹੀਨੇ ਵਿੱਚ, 2 ਸਾਲਾਂ ਵਿੱਚ ਸਾਨੂੰ ਨੌਕਰੀ ਜ਼ਰੂਰ ਮਿਲਦੀ ਹੈ, ਪਰ ਇਸ ਦੇ ਪਿੱਛੇ ਸਾਡੀ ਮਿਹਨਤ ਹੋਣੀ ਚਾਹੀਦੀ ਹੈ। ਤਾਂ ਮੈਂ ਅੱਜ ਤੁਹਾਡੇ ਸਾਹਮਣੇ ਸਾਰਿਆਂ ਨੂੰ ਵਾਅਦਾ ਕਰਦਾ ਹਾਂ ਕਿ ਅੱਜ ਤਰੀਕ 13/12/2019 ਨੂੰ ਮੈਨੂੰ ਸਟੈਨੋ ਕਰਦੇ ਨੂੰ ਸਾਲ ਹੋ ਗਿਆ ਹੈ, ਤਾਂ ਅੱਜ 13/12/2020 ਨੂੰ ਮੈਂ ਤੁਹਾਡੇ ਸਾਹਮਣੇ ਫਿਰ ਇਹ ਵੀਡੀਓ ਲੈ ਕੇ ਆਵਾਂਗਾ, ਇਸ ਦੇ ਵਿੱਚ ਮੈਂ ਸਟੈਨੋਗ੍ਰਾਫਰ ਬਣਿਆ ਹੋਵਾਂਗਾ। ਸਾਰੇ ਕਹਿੰਦੇ ਆ ਕਿ ਜੋਬ ਨਹੀਂ ਮਿਲਦੀ, ਜੋਬ ਨਹੀਂ ਮਿਲਦੀ, ਪਰ ਮੈਂ ਇਹ ਕਹਿੰਦਾ ਵੀ ਕੋਸ਼ਿਸ਼ ਤਾਂ ਲੱਖਾਂ ਲੋਕ ਕਰਦੇ ਹਨ, ਪਰ ਉਹਨਾਂ ਲੱਖਾਂ ਲੋਕਾਂ ਦੇ ਵਿੱਚੋਂ ਕੁਛ ਅਜਿਹੇ ਇਨਸਾਨ ਵੀ ਹੁੰਦੇ ਹਨ ਜੋ ਮਿਹਨਤ ਕਰਦੇ ਹਨ, ਮਿਹਨਤ ਕਰਕੇ ਜ਼ਿੰਦਗੀ ਵਿੱਚ ਕੁਛ ਬਣਦੇ ਹਨ। ਜੇ ਆਪਾਂ ਹੁਣ ਮੋਹ ਕਵਾਂ ਤਾਂ ਆਪਾਂ ਵਡਿਆਈ ਬਣ ਜਾਂਦੀ ਹੈ, ਪਰ ਮੈਂ ਰੋਜ਼ਾਨਾ ਆਪਦੀ ਸਮੇਂ ਪੜ੍ਹਨ ਦੇ ਵਿੱਚ 3 ਘੰਟੇ ਹੀ ਨੀਂਦ ਲੈਂਦਾ ਹਾਂ, 12 ਵਜੇ ਤੱਕ, ਫਿਰ 3 ਵਜੇ ਫਿਰ ਉੱਠ ਖੜ੍ਹਦਾ ਹਾਂ, ਤਾਂ ਘਰਦਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੈਂ ਕਦੋਂ ਕੋਲੇ ਚਲਾ ਗਿਆ। ਤਾਂ ਉਹ ਫਿਰ ਆ ਕੇ ਪੁੱਛਦੇ 12 ਵਜੇ ਵੀ ਤੂੰ ਇੰਦਰਜੀਤ ਤੂੰ ਆ ਗਿਆ। ਪਰ ਮੈਂ ਇਸ ਵਕਤ ਤੁਹਾਨੂੰ ਇਹੀ ਕਹੂੰਗਾ ਕਿ ਮੈਂ ਜੋਬ ਲੈਣੀ ਹੈ, ਅਤੇ ਇਸ ਵਾਸਤੇ ਮੈਂ ਪੂਰਾ ਕੌਨਫੀਡੈਂਸ ਹਾਂ, ਮੈਨੂੰ ਕਿਸੇ ਦੀ ਕਿ ਮੈਂ ਪੰਜਾਬੀ 'ਚ ਕਹਿੰਦਾ ਕਿਸੇ ਦੀ ਪਰਵਾਹ ਨਹੀਂ, ਮੈਂ ਜੋਬ ਲੈ ਕੇ ਹਟਣੀ ਹੈ। ਤਾਂ ਇਸ ਕਰਕੇ ਮੈਂ ਤੁਹਾਡੇ ਸਾਹਮਣੇ ਇਹੀ ਅੱਜ ਆਪਣੇ ਥੋਟ ਰੱਖੇ ਆ ਕਿ ਜੋ ਲੋਕ ਇਹ ਕਹਿੰਦੇ ਆ ਕਿ ਜੋਬ ਨਹੀਂ ਮਿਲਦੀ ਜਾਂ ਜੋਬ ਖਤਮ ਹੀ ਹੋ ਗਈ ਪੰਜਾਬ ਵਿੱਚ, ਤਾਂ ਉਹ ਗਲਤ ਨੇ। ਮੈਂ ਜੋਬ ਲੈ ਕੇ ਵਿਖਾਵਾਂਗਾ ਕਿਉਂਕਿ ਮੈਂ ਇਸ ਪਿੱਛੇ ਆਪਦੀ ਮਿਹਨਤ, ਆਪਦਾ ਸਮਾਂ, ਕਿਉਂਕਿ ਸਰ ਕਿਉਂਕਿ ਮੈਂ ਸਿਰਫ ਪੜ੍ਹਾਈ ਹੀ ਨਹੀਂ ਕਰ ਰਿਹਾ, ਇਸ ਦੇ ਨਾਲ ਮੈਂ ਕਈ ਕੰਮ ਦਿਹਾੜੀਆਂ ਵੀ ਕਰਦਾ ਹਾਂ। ਦੂਜੀ ਗੱਲ, ਮੈਂ ਸਾਈਕਲ 'ਤੇ ਪੜ੍ਹਨ ਵੀ ਫਰੀਦਕੋਟ ਹੀ ਆਉਂਦਾ ਹਾਂ ਕਿਉਂਕਿ ਮੇਰਾ ਮੇਨ ਮੋਟਿਵ ਇਹੀ ਹੈ ਕਿ ਮੈਂ ਜ਼ਿੰਦਗੀ ਵਿੱਚ ਕੁਛ ਬਣਨਾ ਹੈ। ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਜੋ ਲੋਕ ਕਹਿੰਦੇ ਆ ਕਿ ਜੇ ਅਸੀਂ ਸੂਰਜ ਦੀ ਤਰ੍ਹਾਂ ਚਮਕਣਾ ਚਾਹੁੰਦੇ ਹਾਂ ਤਾਂ ਇਹਦੇ ਵਾਂਗੂ ਬਲਣਾ ਸਿੱਖੀਏ ਪਹਿਲਾਂ। ਇੱਕ ਇੰਗਲਿਸ਼ ਦੀ ਬੜੀ ਸੋਹਣੀ ਵੀ ਲਾਈਨ ਹੈ, ਮੈਨੂੰ ਯਾਦ ਆ ਰਹੀ ਹੈ, ਇਫ ਯੂ ਵਾਂਟ ਅਚੀਵ ਸਮਥਿੰਗ ਇਨ ਯੂਅਰ ਲਾਈਫ, ਇਫ ਯੂ ਵਾਂਟ ਅਚੀਵ ਸਮਥਿੰਗ ਇਨ ਯੂਅਰ ਲਾਈਫ, ਚੇਂਜ ਯੂਅਰ ਵੇਜ ਨੋਟ ਯੂਅਰ ਇੰਟੈਂਸ਼ਨਸ। ਕਹਿਣ ਦਾ ਇਹੀ ਭਾਵ ਹੈ ਕਿ ਜੇ ਅਸੀਂ ਜ਼ਿੰਦਗੀ ਵਿੱਚ ਕੁਛ ਬਣਨਾ ਚਾਹੁੰਦੇ ਹਾਂ ਤਾਂ ਅਸੀਂ ਆਪਣੇ ਤਰੀਕੇ ਬਦਲੀਏ, ਇਰਾਦੇ ਨਹੀਂ। ਤਾਂ ਮੈਂ ਆਪਣੇ ਹੁਣ ਇਰਾਦੇ ਉਹੀ ਰੱਖੇ ਆ, ਬਸ ਤਰੀਕੇ ਬਦਲੇ ਆ। ਤਾਂ ਮੈਂ ਅੱਜ ਤੁਹਾਨੂੰ ਇਹ ਵਾਅਦਾ ਕਰਦਾ ਹਾਂ ਕਿ ਇਸੇ ਤਰੀਕ 13/12/2020 ਨੂੰ ਫਿਰ ਇਹ ਵੀਡੀਓ ਲੈ ਕੇ ਦੁਬਾਰਾ ਤੁਹਾਡੇ ਸਾਹਮਣੇ ਸਟੈਨੋਗ੍ਰਾਫਰ ਦੇ ਰੂਪ ਵਿੱਚ ਪੇਸ਼ ਹੋਵਾਂਗਾ। ਸਤਿ ਸ਼੍ਰੀ ਅਕਾਲ ਜੀ, ਇੰਦਰਜੀਤ ਸਿੰਘ।